हस्पताल के कागजात से रखे गहने से डॉक्टर वालों बनाया वड्डा बिल अज तुहानू भी यह सोचण ते मजबूर कर देवेगा कि अजिहा भी हो सकता। दरअसल मामला अमृतसर के एक निजी हस्पताल तो सामने आया है जिथे अपने गहने तक रखण नू मजबूर हुई इस औरत का नाम निर्मल कौर है जिन्हां दा परिवारक मैंबर हस्पताल विच भर्ती है। पर जदों पीड़ित नू हस्पताल वालिया ने बिलों के रुख फटाने शुरू कर दिते तां असल शुरू हुई सारी कहानी। पीड़ित ने इल्जाम लगाए ने कि जिथे ICU च नर्सां ते डॉक्टर मौजूद रहिंदे ने उत्थे भी डॉक्टर ते नर्सां दा अलग तो चार्ज पाया गया अते जदों परिवार वालों लखां रुपए के बिलों का सामना करते हुए बस हुई तां अंत हस्पताल वालों चैक की थां गहने तक रखण दा ਧੱਕਾ ਕਰ ਦਿੱਤਾ ਗਿਆ। ਇਸ ਤੋਂ ਬਾਅਦ ਪੀੜਤ ਪਰਿਵਾਰ ਵੱਲੋਂ ਲੋਕ ਇਨਸਾਫ ਪਾਰਟੀ ਅਤੇ ਪੁਲਿਸ ਨਾਲ ਸੰਪਰਕ ਕੀਤਾ ਗਿਆ ਤੇ ਜੋ ਕਿ ਇਹਨਾਂ ਨੇ ਮੁੜ ਕੇ 2.5 ਲੱਖ ਰੁਪਏ ਦਾ ਬਿੱਲ ਬਣਾ ਲਿਆ। 2.5 ਲੱਖ ਤੋਂ ਅਸੀਂ ਡੇਲੀ ਪੇ ਕਰਦੇ ਰਹੇ ਹਾਂ, ਬਾਕੀ ਇਹਨਾਂ ਨੇ ਕੱਲ੍ਹ ਕੱਢਿਆ 1 ਲੱਖ ਅਤੇ 26,000 ਰੁਪਇਆ ਇਹਨਾਂ ਨੇ ਮੈਂ ਹੋਸਪਿਟਲ ਦਾ ਕੱਢਿਆ ਅਤੇ ਮੈਡੀਸਨ ਦਾ ਕੱਢਿਆ ਇਹਨਾਂ ਨੇ 57,000 ਰੁਪਇਆ, ਜਿਹਦੇ ਵਿੱਚੋਂ ਅਸੀਂ 47,000 ਰੁਪਇਆ ਇੱਕ ਜਮ੍ਹਾਂ ਕਰਵਾ ਦਿੱਤਾ ਅਤੇ ਇੱਧਰ ਕਰਵਾ ਤਾ ਅਸੀਂ, ਮਤਲਬ ਕਿ 60,000 ਰੁਪਇਆ ਇੱਧਰ ਕਰਵਾ ਦਿੱਤਾ ਅਤੇ 30,000 ਰੁਪਇਆ ਸਾਡੇ ਕੋਲ ਰਹਿ ਗਿਆ ਸੀ। ਅਤੇ ਉਹ ਕਹਿੰਦੇ ਅਸੀਂ ਕਿਹਾ ਵੀ ਸਾਡੇ ਕੋਲ ਹੁਣ 30,000 ਰੁਪਇਆ ਨਹੀਂ ਹੈ, ਤੁਸੀਂ ਸਾਡਾ ਪੇਸ਼ੈਂਟ ਦੇ ਦਿਓ, ਆਪਾਂ ਛੁੱਟੀ ਲੈ ਕੇ ਘਰ ਜਾਣਾ, ਸਾਡੇ ਕੋਲ ਨਹੀਂ ਇੰਨੇ ਪੈਸੇ ਹੈਗੇ, ਆਪਾਂ ਨਹੀਂ ਇਲਾਜ ਕਰਾ ਸਕਦੇ ਹੈਗੇ। ਸਾਰਾ ਸਾਨੂੰ ਮੁੜ ਕੇ PR ਹੈਗਾ ਲਖਵਿੰਦਰ ਸਿੰਘ ਅਤੇ ਗਾਇਤਰੀ ਮੈਡਮ, ਉਹ ਕਹਿੰਦੇ ਕਿ ਤੁਸੀਂ ਸ਼ੋਰਟੀ ਦੇ ਤੌਰ 'ਤੇ ਤੁਸੀਂ 30,000 ਰੁਪਏ ਨਹੀਂ ਦੇ ਕੇ ਜਾ ਰਹੇ ਹੋ, ਅਤੇ ਛੋਟੀ ਤੌਰ 'ਤੇ ਕੀ ਸਾਨੂੰ ਦੇਵੋਗੇ, ਅਸੀਂ ਕਿਹਾ ਚੈੱਕ ਲੈ ਲਓ। ਕਹਿੰਦੇ ਨਹੀਂ ਚੈੱਕ ਤਾਂ ਸਾਡੇ ਕੋਲ ਅੱਗੇ ਰੁਲਦੇ ਫਿਰਦੇ ਆ, ਤੁਸੀਂ ਇੱਦਾਂ ਕਰੋ ਛੋਟੀ ਤੌਰ 'ਤੇ ਕੋਈ ਸੋਨਾ ਵਗੈਰਾ ਜਾਂ ਗਹਿਣਾ ਵਗੈਰਾ ਕੁਛ ਦੇ ਜਾਓ। ਸਰ ਮੈਂ ਕਿਹਾ ਵੀ ਮੇਰੇ ਕੋਲ ਇਸ ਟਾਈਮ 'ਤੇ ਫਿਰ ਗਹਿਣਾ ਨਹੀਂ, ਫਿਰ ਮੈਂ ਪਿੰਡੋਂ ਮੰਗਵਾ ਕੇ ਦੇ ਦਿੰਦੀ ਹਾਂ। ਸਰ ਮੈਂ ਰਾਤ ਮੁੜ ਕੇ ਜਾ ਕੇ ਨਾ 9:30 ਵਜੇ ਗਹਿਣੇ ਲੈ ਕੇ ਆਈ ਹਾਂ, ਅਤੇ ਹੁਣ ਮੈਂ ਸਵੇਰੇ ਆਣ ਕੇ ਫੋਨ ਕੀਤਾ, ਮੈਂ ਕਿਹਾ ਸਰ ਮੈਂ ਗਹਿਣੇ ਵੀ ਲੈ ਆਈ ਹਾਂ ਅਤੇ ਤੁਹਾਡੇ ਪੈਸੇ ਵੀ ਇੰਤਜ਼ਾਮ ਹੋਇਆ, ਮੈਂ ਲੈ ਕੇ ਆਈ ਹਾਂ, ਤੁਸੀਂ ਸਰ ਕਿੱਥੇ ਹੋ? ਆ ਜਾਓ। ਕਹਿੰਦੇ ਵੀ ਤੁਸੀਂ ਇੱਦਾਂ ਕਰੋ, ਤੁਸੀਂ ਰੀਨਾ ਮੈਡਮ ਨਾਲ ਗੱਲ ਕਰ ਲਓ, ਉਹ ਤੁਹਾਡਾ ਸਾਰਾ ਮਸਲਾ ਹੱਲ ਕਰ ਦੇਣਗੇ, ਤੁਸੀਂ ਉਹਨਾਂ ਨੂੰ ਪੈਸੇ ਦੇ ਕੇ ਛੁੱਟੀ ਲੈ ਕੇ ਜਾ ਸਕਦੇ ਹੋ। ਮੈਂ ਉੱਥੋਂ ਦੀ ਕੋਈ ਇੰਪਲਾਇਰ ਹੈਗੀ ਆ। ਹੁਣ ਪ੍ਰੋਬਲਮ ਇਹ ਆ ਰਹੀ ਹੈ ਕਿ ਅਸੀਂ ਮੁੜ ਕੇ ਬਾਅਦ ਵਿੱਚ ਸਾਨੂੰ ਜਦੋਂ ਪਤਾ ਲੱਗਿਆ ਕਿ ਸਾਡੇ ਲੋਕ ਇਨਸਾਫ ਪੈਸਿਆਂ ਦਾ ਵੀ ਸਾਡੇ ਨਹੀਂ ਗੱਲ ਹੈ, ਸਾਡੇ ਕੋਲ ਨਹੀਂ ਹੈਗੇ ਪੈਸੇ, ਕਿਉਂਕਿ ਅਸੀਂ ਪਹਿਲਾਂ ਵੀ ਬੜੇ ਉੱਜਰ ਚੁੱਕੇ ਸੀ, ਅਸੀਂ ਲੋਕ ਇਨਸਾਫ ਪਾਰਟੀ ਦੇ ਕੋਲ ਕਹੀਂ ਰੋਏ ਵਗੈਰਾ ਵੀ ਇਹਨਾਂ ਆਸ ਕਰੋ ਧੱਕਾ ਹੋ ਰਿਹਾ ਵਾ, ਅਤੇ ਜੇ ਅਸੀਂ ਇਹਨਾਂ ਨੂੰ ਲੈ ਕੇ ਆਏ ਹਾਂ ਤਾਂ PRO ਕਹਿੰਦਾ ਕਿ ਤੁਸੀਂ ਜੋ ਕਰਨਾ ਕਰ ਲਓ, ਮੈਂ ਕੁਛ ਨਹੀਂ ਕਰ ਸਕਦਾ, ਸਾਡਾ ਡਾਕਟਰ ਜਿਹੜਾ ਕਿਸੇ ਨੂੰ ਮਿਲਦਾ ਨਹੀਂ ਹੈਗਾ। ਸਰ ਸਾਡੇ ਹੱਥ ਜੋੜ ਕੇ ਬੇਨਤੀ ਕਿ ਸਾਨੂੰ ਇਨਸਾਫ ਦਿੱਤਾ ਜਾਵੇ, ਸਾਨੂੰ ਇਸ ਟਾਈਮ ਪੇਸ਼ੈਂਟ ਨਹੀਂ ਚੁੱਕਣ ਦੇਣ ਦੇ, ਕਹਿੰਦੇ ਕਿ ਸਵੇਰ ਦੀ ਸਾਡੀ ਮੈਡੀਸਨ ਵੀ ਬੰਦ ਕੀਤੀ ਹੋਈ ਆ ਔਰ ਪੇਸ਼ੈਂਟ ਵੀ ਚੁੱਕਣ ਨਹੀਂ ਦੇਣ ਦੇ ਹੈਗੇ, ਅਤੇ ਜੇ ਪੇਸ਼ੈਂਟ ਚੁੱਕਦੇ ਤਾਂ ਕਹਿੰਦੇ ਸਾਨੂੰ ਲਿਖ ਕੇ ਦੇ ਕੇ ਜਾਓ, ਪਤਾ ਨਹੀਂ ਕੀ ਲਿਖਾਉਣਾ ਚਾਹੁੰਦੇ ਸਾਨੂੰ, ਸਾਨੂੰ ਨਹੀਂ ਪਤਾ। ਹਾਂਜੀ, ਥਾਣੇ ਅਸੀਂ ਆਏ ਹਾਂ, ਅਸੀਂ ਇੱਥੇ ਦਰਖਾਸਤ ਦਿੱਤੀ ਆ, ਦਰਖਾਸਤ ਦੇ ਕੇ ਵੇਖੋ ਹੁਣ ਇਹ ਸਾਰੇ ਕਾਰਵਾਈ ਕੀ ਕਰਦੇ ਆ। ਦੂਸਰੇ ਪਾਸੇ ਲੋਕ ਇਨਸਾਫ ਪਾਰਟੀ ਅੰਮ੍ਰਿਤਸਰ ਦੇ ਸ਼ਹਿਰੀ ਪ੍ਰਧਾਨ ਵੱਲੋਂ ਹਸਪਤਾਲ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਗਿਆ ਹੈ ਕਿ ਸਾਡੇ ਨਾਲ ਨਈਅਰ ਹਸਪੀਟਲ ਦੇ ਵਿੱਚ ਬਹੁਤ ਜ਼ਿਆਦਾ ਲੁੱਟ ਹੋ ਰਹੀ ਆ, ਔਰ ਹੱਦ ਤਾਂ ਉਦੋਂ ਹੋ ਗਈ ਜਦੋਂ ਇਹਨਾਂ ਨੇ ਮੈਨੂੰ ਦੱਸਿਆ ਕਿ ਨਈਅਰ ਹਸਪੀਟਲ ਦਾ ਇੱਕ ਇੰਪਲੋਈ ਆ, ਕੋਈ PRO ਆ, ਲਖਵਿੰਦਰ ਸਿੰਘ ਉਹਦਾ ਨਾਮ ਦੱਸਿਆ ਇਹਨਾਂ ਨੇ, ਕਿ ਉਹ ਕਹਿੰਦਾ ਹੈ ਕਿ ਮੈਨੂੰ ਤੁਸੀਂ ਜੇ ਪੈਸੇ ਨਹੀਂ ਹੈਗੇ, 50,000 ਕੋਈ ਘੱਟ ਸੀ, ਪੈਸੇ ਨਹੀਂ ਹੈਗੇ ਤਾਂ ਮੈਨੂੰ ਗਹਿਣੇ ਦੇ ਜਿਓ। ਇੰਨੀ ਜ਼ਿਆਦਾ ਲੁੱਟ ਹੱਦ ਹੋ ਗਈ। ਮੈਂ ਇਸ ਗੱਲ ਦਾ ਨੋਟਿਸ ਲੈ ਕੇ ਪਾਰਟੀ ਦੇ ਲੀਡਰ ਸਾਡੇ ਵਰਪਾਲ ਸਾਹਿਬ ਨਾਲ ਗੱਲ ਕੀਤੀ, ਅਮਰੀਤ ਸਿੰਘ ਵਰਪਾਲ ਨਾਲ ਲੀਡਰਸ਼ਿਪ ਨਾਲ ਗੱਲ ਕੀਤੀ, ਖਾਲਸਾ ਜੀ ਨਾਲ, ਉਹਨਾਂ ਨੇ ਕਿਹਾ ਤੁਸੀਂ ਉੱਥੇ ਪਹੁੰਚੋ ਅਤੇ ਦੇਖੋ ਕੀ ਹੁੰਦਾ। ਮੈਂ ਜਦੋਂ ਉੱਥੇ ਪਹੁੰਚਿਆ ਜੀ, ਮੈਂ ਦੇਖਿਆ ਹੌਸਪੀਟਲ ਦੀ ਮੈਨੇਜਮੈਂਟ ਨੂੰ ਜਦੋਂ ਪੁੱਛਿਆ, ਕੋਈ ਬੰਦਾ ਸਾਹਮਣੇ ਨਹੀਂ ਆਉਂਦਾ, ਬੀਬੀਆਂ ਭੈਣਾਂ ਨੂੰ ਸਾਹਮਣੇ ਕਰ ਦਿੰਦੇ ਆ ਉਹਨਾਂ ਨੂੰ। ਮੈਂ ਕਿਹਾ ਜੀ ਭੇਜੋ, ਬੁਲਾਓ ਜੀ ਕਿਹਨੂੰ, ਅੱਧੇ ਘੰਟੇ ਬਾਅਦ ਨਾ ਬੁਲਾਇਆ ਜੀ ਲਖਵਿੰਦਰ ਸਿੰਘ ਨੂੰ, ਉਹ ਕਹਿੰਦੇ ਜੀ ਸਾਡਾ ਮਾਲਕ ਨਹੀਂ ਕਿਸੇ ਨੂੰ ਮਿਲਦਾ, ਉਹਨੂੰ ਕੋਰੋਨਾ ਦਾ ਡਰ ਆ। ਅਤੇ ਲੁੱਟ ਲੁੱਟ ਸਭ ਤੋਂ ਵੱਧ ਕੀ ਹੋਇਆ ਤੁਸੀਂ ਦੇਖੋ ਸਰ। ਮੈਂ ਕਿਹਾ ਮੈਨੂੰ ਬਿੱਲ ਭੇਜੋ ਇਹਨਾਂ ਦਾ, ਜਿਹੜਾ ਤੁਸੀਂ 2,40,000 ਰੁਪਇਆ ਲੈ ਲਿਆ, 85,000 ਤੁਸੀਂ ਬਿੱਲ ਲੈ ਲਿਆ, ਮੈਨੂੰ ਇਹਨਾਂ ਬਿੱਲ ਪ੍ਰੋਵਾਈਡ ਕਰਾਇਆ। ਮੈਡੀਸਨ ਦੇਖੋ, ਜੈਨਰਿਕ ਮੈਡੀਸਨ ਆ, MRP ਦੇ ਪੈਸੇ ਲੈ ਰਹੇ। ਮੈਂ ਕਿਹਾ ਜੀ ਤੁਸੀਂ ਇਹਨਾਂ ਕੋਲ ਕੰਸੈਂਟ ਲਈ ਆ ਪਾਰਟੀ ਦੇ ਕੋਲੋਂ ਕਿ ਇਹ ਜਿਹੜੀ ਮੈਡੀਸਨ ਆ ਹੌਸਪੀਟਲ ਦੀ ਹੀ ਲੱਗੂਗੀ, ਜਾਂ ਤੁਹਾਡੇ ਕੋਲ ਇਹ ਰਾਈਟ ਹੈਗਾ ਕਿ ਤੁਸੀਂ ਬਾਹਰੋਂ ਮੈਡੀਸਨ ਨਹੀਂ ਲਿਆਉਣ ਦਿੰਦੇ ਜੋ ਤੁਸੀਂ ਹੌਸਪੀਟਲ ਦਾ ਬੈੱਡ ਦਾ ਚਾਰਜ ਲੈ ਰਹੇ ਸੀ, ICU ਦਾ ਚਾਰਜ ਲੈ ਰਹੇ ਜੇ? ਅਤੇ ਉਹਨਾਂ ਨੂੰ ਕੋਈ ਗੱਲ ਨਹੀਂ ਆਈ, ਕਹਿੰਦੇ ਨਹੀਂ ਜੀ ਇਹ ਰਾਈਟ ਨਹੀਂ ਹੈਗਾ, ਨਾ ਅਸੀਂ ਇਹਨਾਂ ਕੋਲ ਲਿਖਵਾਇਆ। ਮੈਂ ਕਿਹਾ ਫਿਰ ਤੁਸੀਂ MRP 'ਤੇ ਦਵਾਈ ਲੈ ਰਹੇ ਜੇ, ਜਾਂ ਤਾਂ ਸਾਨੂੰ ਇਹ ਪੈਸੇ ਵਾਪਸ ਦੇ ਦਿਓ, ਅਸੀਂ ਬਾਜ਼ਾਰੋਂ ਤੁਹਾਨੂੰ ਇਹ ਮੈਡੀਸਨ ਲਿਆ ਦਿੰਦੇ, ਜਾਂ ਇਹਦੀ 60% 80% ਲੈਸ ਕਰੋ, ਜੈਨਰਿਕ ਮੈਡੀਸਨ ਆ। ਇਸ ਗੱਲ ਤੋਂ ਸੁਣ ਕੇ ਉਹ ਕਹਿੰਦੇ ਨਹੀਂ ਜੀ ਇਸ ਤਰ੍ਹਾਂ ਤਾਂ ਨਹੀਂ ਹੋਣਾ, ਸਾਡੇ ਬੌਸ ਨਹੀਂ ਮੰਨਦੇ। ਮੈਂ ਕਿਹਾ ਜੀ ਬੌਸ ਨੂੰ ਮਿਲਾਓ, ਕਹਿੰਦੇ ਉਹ ਨਹੀਂ ਕਿਸੇ ਨਾਲ ਮਿਲਦੇ, ਸਾਡੇ ਬਾਊਂਸਰ ਹੈਗੇ, ਜੇ ਕੋਈ ਰੌਲਾ ਪਾਓ ਅਸੀਂ ਚੁੱਕ ਕੇ ਬਾਹਰ ਸੁੱਟ ਦਿਆਂਗੇ। ਬੜੀ ਹੱਦ ਹੋ ਗਈ ਅੰਮ੍ਰਿਤਸਰ ਦੇ ਵਿੱਚ, ਇੰਨੀ ਜ਼ਿਆਦਾ ਲੁੱਟ। ਮੈਂ ਤੁਹਾਡੇ ਮਾਧਿਅਮ ਤੋਂ ਇਹ ਵੀ ਮੰਗ ਕਰਦਾ ਹਾਂ ਕਿ ਸਾਡੇ DC ਸਾਹਿਬ ਕਿੱਥੇ ਸੁੱਤੇ ਪਏ ਨੇ, ਸਾਡੇ ਮੰਤਰੀ ਸਾਹਿਬ ਅੰਮ੍ਰਿਤਸਰ ਦੇ ਆ, ਮੈਡੀਕਲ ਮੰਤਰੀ ਸੋਨੀ ਸਾਹਿਬ, ਉਹ ਕਿਤੇ ਸੁੱਤੇ ਪਏ ਨੇ? ਅੱਜ ਮਹਾਮਾਰੀ ਦਾ ਦੌਰ ਚੱਲ ਰਿਹਾ, ਅੱਜ ਵੀ ਇਹਨਾਂ ਹਸਪਤਾਲਾਂ ਨੂੰ ਲੁੱਟਦੀ ਪਈ ਆ। ਤੁਸੀਂ ਸਾਰੀ ਉਮਰ ਲੁੱਟਦੇ ਰਹੇ ਜੇ ਲੋਕਾਂ ਨੂੰ, ਅਤੇ ਜੇ ਤੁਸੀਂ 10 ਦਿਨ ਮਹੀਨਾ ਦੌਰ 'ਚ ਨਾ ਲੁੱਟੋਗੇ ਤਾਂ ਕੀ ਹੋ ਜੂਗਾ? ਇਹਨਾਂ ਲੋਕਾਂ ਨੂੰ ਤੁਸੀਂ ਪਹਿਲਾਂ ਵੀ ਲੁੱਟਿਆ, ਅਗਾਂਹ ਵੀ ਤੁਸੀਂ ਲੁੱਟਣਾ ਵਾ, ਅਤੇ 10 ਦਿਨ ਹੀ ਤੁਸੀਂ ਛੱਡ ਦਿਓ। ਪਰ ਨਹੀਂ, ਇਸ ਮਾਮਲੇ 'ਚ ਜਦੋਂ ਸਾਹਿਬ ਬਹਾਦਰ ਨਾਲ ਗੱਲਬਾਤ ਕੀਤੀ ਗਈ ਤਾਂ ਉਹੀ ਰਟੀਆਂ ਰਟਾਈਆਂ ਗੱਲਾਂ
सुनने मिली कि तफतीश तो बाद ही मामला सामने आएगा। मामला भीर जी यह भी निर्मल कौर है, वो भरजाई दाखिल से नैयर हस्पताल, वो कोई ला चल रहा है, कोई पैसा लैन देन वो घट कोई और संबंध कार्रवाई चल रही है, जो भी तफतीश सामने आएगी अगली कार्रवाई की जाएगी। अज उन्हें दस्या भी जी पैसे साढ़े को वध लेंगे इन्हें साढ़े ने इन्ने किए उन्हें वध मंगते हैं, उस संबंध जो दरखास्त दे गए नैयर हस्पताल के खिलाफ, जो भी अगली तफतीश सामने आएगी अगली कार्रवाई की जाऊगी। आहो हम तफतीश के सारी करेंगे तो फिर ही सामने आएगा सब कुछ, हूँ जावे सदा बुलावे जो भी सामने आऊगा कानूनी कार्रवाई की जाऊगी। हकीकत टीवी पंजाबी लिए अमृतसर तो हरजीत करेवाल की रिपोर्ट।